ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਸਾਡੇ ਨਾਲ ਜੁੜੇ ਹੋਏ ਖਾਸ ਮਹਿਮਾਨ ਮੁੰਬਈ ਤੋਂ ਆਏ, ਜਿਨ੍ਹਾਂ ਦਾ ਵੀਜ਼ਾ ਲੱਗਿਆ ਸੀ ਮਾਰਚ, ਆਈ ਥਿੰਕ ਲਾਸਟ ਫਰਵਰੀ, ਵੈਨ ਡਿਡ ਯੂ ਗੈਟ ਦ ਵੀਜ਼ਾ? 17th ਆਫ ਮਾਰਚ। ਓ 17th ਆਫ ਮਾਰਚ, ਯੈਸ। ਐਂਡ ਉਹ ਤੋਂ ਬਾਅਦ ਫਿਰ ਕੋਰੋਨਾ ਵਾਇਰਸ ਨੇ ਆਪਣਾ ਇੱਕ ਕੁੰਡਲੀ ਵਿਛਾਤੀ ਸਾਰੇ, ਅਤੇ ਸਾਰੇ ਲੋਕ ਰਹਿ ਗਏ। ਸੋ ਹੁਣ ਮੇਰੇ ਆ ਚੁੱਕੇ ਹੈ ਕੈਨੇਡਾ ਤੋਂ, ਸ਼ਕਲਾਂ ਦਿਸ ਰਹੀਆਂ ਸਾਰੇ ਦੀ, ਅਤੇ ਨਾਲ ਉਹਦੀ ਵਾਈਫ ਦੀ ਵੀ ਹਸਤੀ ਖੜਦੀ ਖਿੜਦੀ ਸ਼ਕਲ ਦਿਖਦੀ ਹੈ, ਦੀ ਸ਼ੀ ਇਜ਼ ਹੈਪੀ। ਅਤੇ ਨਾਲ ਸੁਖਮਨਜੀਤ ਸਿੰਘ, ਜਿਹੜੇ ਵੈਨਕੂਵਰ ਤੋਂ ਜੁੜੇ ਹੋਏ ਆ, ਸੋ ਜਿਨ੍ਹਾਂ ਦੀ ਬਦੌਲਤ ਇਹ ਵੀਜ਼ੇ ਲੱਗੇ ਹੋਏ ਆ, ਵੈਲਕਮ ਟੂ ਦਿਸ ਸੈਸ਼ਨ ਐਂਡ ਵੈਲਕਮ ਟੂ ਕੈਨੇਡਾ। ਗੁਰਮੀਤ ਸਿੰਘ, ਹਾਊ ਆਰ ਯੂ? ਆਈ ਐਮ ਫਾਈਨ ਸਰ, ਗੁੱਡ, ਹਾਊ ਆਰ ਯੂ? ਕਿਸ ਤਰ੍ਹਾਂ ਲੱਗ ਰਿਹਾ ਕੈਨੇਡਾ ਆ ਕੇ? ਪਹਿਲੀ ਗੱਲ, ਤੁਸੀਂ ਅੱਜ ਆਏ ਹੋ, ਮਤਲਬ ਆਫਟਰ ਯੂ ਵਰ ਪਲੈਨਿੰਗ ਟੂ ਕਮ ਟੂ ਕੈਨੇਡਾ, ਮੇਰੇ ਖਿਆਲ ਕਿੰਨੇ ਸਾਲ ਤੋਂ, ਤਿੰਨ ਚਾਰ ਸਾਲ, ਚਾਰ ਸਾਲ, ਪੰਜ ਸਾਲ, ਤੇ ਅੱਜ ਤੁਸੀਂ ਪਹੁੰਚੇ ਹੋ, ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਤੁਸੀਂ? ਮਤਲਬ ਹਾਊ ਯੂ ਫੀਲਿੰਗ ਅੰਦਰੋਂ, ਕਿਸ ਤਰ੍ਹਾਂ ਲੱਗ ਰਹੀ ਹੈ ਕੈਨੇਡਾ ਆ ਕੇ? ਕੈਨੇਡਾ ਦੇ ਜਿਹੜਾ ਆਬੋ ਹਵਾ ਦੇਖ ਰਹੇ ਹੋ, ਹਵਾ ਪਾਣੀ ਲੱਗ ਰਿਹਾ ਉਹੀ ਐਕਸਪੈਕਟੇਸ਼ਨ ਹੈ ਕਿ ਕੁਝ ਹੋਰ ਹੈ ਕੈਨੇਡਾ? ਨਹੀਂ ਸਰ, ਐਕਸਪੈਕਟੇਸ਼ਨ ਜਿਸ ਤਰ੍ਹਾਂ ਸੀ ਉਸ ਤਰ੍ਹਾਂ ਹੀ ਹੈ ਪੂਰਾ, ਕੋਈ ਸ਼ੱਕ ਨਹੀਂ। ਬਹੁਤ ਹੀ ਵਧੀਆ ਹੈ ਮਾਹੌਲ, ਬਹੁਤ ਹੀ ਵਧੀਆ। ਅਜੇ ਤੇ ਸਰ ਮੈਨੂੰ ਫਿਲਹਾਲ ਕੁਆਰੰਟਾਈਨ ਆਪਣਾ ਸੈਸ਼ਨ ਪੂਰਾ ਕਰਨਾ ਹੈ, ਆਫਟਰਵਰਡਸ ਵਿਲ ਲੈਟ ਨੋ ਕਿ ਕਿਸ ਤਰ੍ਹਾਂ ਦਾ ਮਾਹੌਲ ਬਣੇਗਾ, ਲੇਕਿਨ ਅਜੇ ਤੇ ਫਿਲਹਾਲ ਉਹ 14 ਡੇਜ਼ ਕੰਪਲਸਰੀ ਕੁਆਰੰਟਾਈਨ। ਤੁਹਾਡਾ ਵੀਜ਼ਾ ਲੱਗਿਆ ਸੀ ਬਹੁਤ ਪਹਿਲਾਂ ਦਾ ਵੀਜ਼ਾ ਲੱਗਿਆ, ਲੇਕਿਨ ਅੱਜ ਕੱਲ੍ਹ ਐਸੈਂਸ਼ੀਅਲ ਵਰਕਰ ਕਰਕੇ ਲੋਕੀ ਆ ਨਹੀਂ ਰਹੇ। ਸੋ ਤੁਸੀਂ ਤੁਸੀਂ ਕਿਹੜਾ ਉਹ ਸਟ੍ਰੈਟਜੀ ਰੱਖੀ ਆਉਣ ਦੀ, ਕੀ ਕੀਤਾ? ਕੈਨ ਯੂ ਟੈਲ ਅਸ ਬਰੀਫਲੀ ਕਿ ਕਿਸ ਤਰ੍ਹਾਂ ਪਹੁੰਚੇ ਤੁਸੀਂ? ਜੀ, ਉਹ 18 ਮਾਰਚ ਤੋਂ ਪਹਿਲੇ ਦਾ ਸੀਗਾ, ਜਿਹੜੇ ਉਹ ਕ੍ਰਾਈਟੇਰੀਆ ਹੈਗਾ ਉਹ ਹੈ, ਤੇ ਬਾਕੀ ਦੂਸਰੀ ਚੀਜ਼ ਜੋਬ ਲੈਟਰ ਦੀ ਵਜ੍ਹਾ ਨਾਲ ਸਕਸੈਸ ਹੋ ਰਿਹਾ, ਕਿਉਂਕਿ ਜੋਬ ਲੈਟਰ ਮਿਲੀ ਹੈ, ਐਮਪਲੋਇਮੈਂਟ ਲੈਟਰ ਦੇਣ ਲਈ ਮੇਰਾ ਇਗਜ਼ਾਮ ਦੇ ਦਿਆ। ਇੰਗਲੈਂਡ ਤੋਂ ਤੁਸੀਂ ਵਾਪਿਸ ਆਏ ਸੀ ਮੇਰੇ ਖਿਆਲ, ਹੀਥਰੋ ਏਅਰਪੋਰਟ, ਤੇ ਫਰਾਂਸ ਵੀ ਤੁਸੀਂ, ਯੂਐਸ ਵੀ ਸਾਰਾ ਰਿਫਿਊਜ਼ ਹੋ ਕੇ, ਤੁਹਾਨੂੰ ਕੋਈ ਉਮੀਦ ਸੀ ਕਿ ਕੈਨੇਡਾ ਦਾ ਵੀਜ਼ਾ ਲੱਗ ਜਾਏਗਾ? ਨਹੀਂ ਸਰ, ਉਮੀਦ ਨਹੀਂ ਸੀ ਬਿਲਕੁਲ, ਕਿਉਂਕਿ ਫਸਟ ਅਟੈਂਪਟ ਦੀ ਤਾਂ ਉਮੀਦ ਹੀ ਨਹੀਂ ਸੀ ਕਿ ਹੋਏਗਾ, ਕਰਕੇ ਸਭ ਸੁਖਮਨ ਵੀਰੇ ਦੀ ਮਿਹਨਤ ਹੈ, ਤੁਹਾਡੇ ਬਦੌਲਤ ਸਾਰਾ ਕੁਝ ਹੈ, ਮੈਨੂੰ ਉਮੀਦ ਬਿਲਕੁਲ ਨਹੀਂ ਸੀ ਸਰ। ਫਸਟ ਸੁਖਮਨ ਵੀਰ ਮਾਸਟਰ ਗੁਰੂ ਆਦਮੀ ਹੈ ਸਪਾਊਸ ਵੀਜ਼ਾ ਦਾ, ਮੈਂ ਇਹਦੇ ਬਾਰੇ ਪਹਿਲਾਂ ਵੀ ਕੁਝ ਵੀਡੀਓ 'ਚ ਮੈਂ ਇਹਦੀ ਜਿਹੜਾ ਨਾ ਬਿਆਨ ਸ਼ਾਇਦ ਪੂਰਾ ਖੁੱਲ੍ਹ ਕੇ ਨਹੀਂ ਕਰ ਸਕਿਆ, ਕਿ ਜਿਹੜੀ ਇਹਦੀ ਪਕੜ ਹੈ, ਜਿਹੜੀ ਇਹਦੀ ਗ੍ਰਾਸਪ ਹੈ, ਸਪਾਊਸ ਵੀਜ਼ਾ ਐਂਡ ਸਪਾਊਸ ਵੀਜ਼ਾ ਇੰਟਰਵਿਊਸ, ਸੋ ਇਟ ਇਜ਼ ਅਨਪੈਰਲਡ, ਇਟਸ ਅਨਪ੍ਰੈਸੀਡੈਂਟਡ ਇਨ ਕੈਨੇਡਾ ਐਜ਼ ਫਾਰ ਐਜ਼ ਆਈ ਨੋ, ਐਂਡ ਆਈ ਟਾਕ ਟੂ ਸੋ ਮੈਨੀ ਲੋਇਰਸ ਐਵਰੀ ਔਨ ਅ ਡੇਲੀ ਬੇਸਿਸ। ਮੈਂ ਤੁਹਾਨੂੰ ਇਹ ਦੱਸ ਸਕਦਾ ਕਿ ਕਈ ਲੋਇਰਸ ਨੂੰ ਵੀ ਪਤਾ ਨਹੀਂ ਹੈ ਕਿ ਕੀ ਕਿਸ ਤਰ੍ਹਾਂ ਕਰਨਾ, ਅਤੇ ਸੁਖਮਨ ਨੂੰ ਸਾਰੀ ਜਾਣਕਾਰੀ ਹੈ, ਕਰਕੇ ਆਏ ਹੈ। ਸੋ ਕੂਡੋਸ ਟੂ ਹਿਮ, ਇਹਨਾਂ ਦੀ ਇਹਨੇ, ਮੈਨੂੰ ਇਹ ਪਤਾ ਇਹਨਾਂ ਨੇ ਜਿਸ ਐਪਲੀਕੇਸ਼ਨ 'ਤੇ ਹੱਥ ਰੱਖਤਾ ਉਹਦੀ ਐਪਲੀਕੇਸ਼ਨ ਪਾਰ ਹੈ। ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਚਾਹੀਦੀ ਆ ਮੇਰੇ ਅਕੋਰਡਿੰਗ ਹੈ ਨਾ ਇਹਨਾਂ ਦਾ ਰਿਲੇਸ਼ਨਸ਼ਿਪ ਜਿਹੜਾ ਉਹ ਕਾਫੀ ਪੁਰਾਣਾ ਸੀ। ਜਿਹੜੀ ਮੈਰਿਜ ਸੀ ਉਹ 2-2.5 ਸਾਲ ਪੁਰਾਣੀ ਸੀ, ਇਹਨਾਂ ਨੇ ਸਾਰਾ ਵਧੀਆ ਪਲਾਨ ਕੀਤਾ ਕਿ ਆਫਟਰ 2-1.5 ਸਾਲ ਬਾਅਦ ਇਹਨਾਂ ਨੇ ਜਿਹੜਾ ਵਾ ਉਹ ਪਲਾਨ ਕੀਤਾ ਕੈਨੇਡਾ ਆਉਣ ਦਾ। ਸੋ ਇੱਕ ਤੇ ਰਿਲੇਸ਼ਨਸ਼ਿਪ ਹੋ ਗਿਆ ਵਧੀਆ, ਦੂਸਰਾ ਇਹਨਾਂ ਨੂੰ ਜਿਹੜਾ ਐਜ ਮਿਲਿਆ ਕਿ ਇਹ ਮੁੰਬਈ ਤੋਂ ਸੀਗੇ, ਦੈਟਸ ਰਾਈਟ, ਜਿਹੜੇ ਇਹ ਨਾਰਥ ਇੰਡੀਆ ਤੋਂ ਹੁੰਦੇ ਤੇ ਸ਼ਾਇਦ ਇਹਨਾਂ ਦਾ ਜਿਹੜਾ ਫਸਟ ਟਾਈਮ ਅਪਰੂਵਲ ਨਾਮ ਹੀ ਆਉਂਦੀ। ਸੋ ਇਹ ਜਿਹੜੇ ਸਾਊਥ ਵਾਲੀ ਸਾਈਡ ਜਾਂ ਮਿਡਲ ਵਾਲੇ, ਇਹਨਾਂ ਨੂੰ ਥੋੜਾ ਜਿਹਾ ਐਜ ਮਿਲਦਾ ਆ ਕਿ ਇਹਨਾਂ ਦੀ ਅਪਰੂਵਲ ਰੇਟ ਜਿਹੜਾ ਵਾ ਉਹ ਇਫ ਕੰਪੇਅਰ ਟੂ ਨਾਰਥ ਇੰਡੀਆ ਉਹ ਜਿਹੜਾ ਉਹ ਹਾਇਰ ਹੈ। ਉਹ ਬਹੁਤ ਖਰਾਬ ਸੀ, ਜਿਵੇਂ ਇਹਨਾਂ ਦੀ ਐਂਟਰੀ ਡਿਨਾਈ ਹੋਈ ਸੀ ਉੱਥੋਂ ਯੂਕੇ ਤੋਂ,
ਫਿਰ ਅਮਰੀਕਾ ਦਾ ਰਿਫਿਊਜ਼ ਸੀ, ਫਰਾਂਸ ਦਾ ਰਿਫਿਊਜ਼ ਸੀ, ਤੇ ਉਹਦੇ ਵਿੱਚ ਵਧੀਆ ਗੱਲ ਇਹ ਆ ਕਿ ਆਪਾਂ ਸਾਰਾ ਕੁਛ ਦੱਸਿਆ ਇਹਨਾਂ ਦੇ 129 ਫਾਰਮ ਦੇ ਵਿੱਚ। ਕੱਲ ਨੂੰ ਤੁਸੀਂ PR ਅਪਲਾਈ ਕਰਦੇ ਜੇ ਜਾਂ ਕੁਛ ਵੀ ਅੱਗੇ ਤੁਸੀਂ ਐਕਸਟੈਂਸ਼ਨ ਪਾਉਂਦੇ ਜੇ, ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਣ ਵਾਲੀ। ਮੋਸਟਲੀ ਲੋਕ ਕੀ ਕਰਦੇ ਆ ਕਿ ਉਹਨੂੰ ਹਾਈਡ ਕਰ ਲੈਂਦੇ, ਵੀਜ਼ਾ ਵੀ ਲੱਗ ਜਾਂਦਾ ਕਿਉਂਕਿ ਉਹਨਾਂ ਦੇ ਕੋਲ ਰਸ਼ ਜ਼ਿਆਦਾ ਹੋਣ ਕਰਕੇ ਉਹ ਕ੍ਰੋਸ ਚੈੱਕ ਨਹੀਂ ਕਰਦੇ। ਬਟ ਵੀਜ਼ਾ ਤੇ ਲੱਗ ਗਿਆ, ਜਦੋਂ ਤੁਸੀਂ PR ਦੀ ਐਪਲੀਕੇਸ਼ਨ ਪਾਉਣੀ ਆ, PNP ਦੀ ਐਪਲੀਕੇਸ਼ਨ ਪਾਉਣੀ ਆ, ਉਦੋਂ ਜਿਹੜੀ ਇਨਵੈਸਟੀਗੇਸ਼ਨ ਹੋਣੀ ਆ, ਜੇ ਤੁਸੀਂ ਉੱਥੇ ਟਰੈਪ ਹੋਗੇ ਤੁਹਾਡੀ ਸਾਰੀ ਮਿਹਨਤ ਜਿਹੜੀ ਆ ਉਹ ਬੇਕਾਰ ਚਲੀ ਜਾਣੀ ਉਦੋਂ ਤੱਕ। ਐਕਚੁਅਲੀ ਕਈ ਵਾਰ ਜਦ ਸਾਨੂੰ ਲੋਕ ਅਪਰੋਚ ਕਰਦੇ ਨਾ, ਜਿਸ ਦੇ ਕਲਾਇੰਟ ਅਪਰੋਚ ਕਰਦੇ ਜਿਨ੍ਹਾਂ ਦਾ ਆਲਰੇਡੀ US ਰਿਫਿਊਜ਼ ਹੋਇਆ ਪਲੱਸ ਇੰਗਲੈਂਡ ਤੋਂ ਵਾਪਸ ਹੋ ਗਿਆ ਏਅਰਪੋਰਟ ਤੋਂ ਵਾਪਸ, ਦੈਟਸ ਅ ਬਿਗ ਬਿਗ ਇਸ਼ੂ। ਲਾਈਕ ਇਟਸ ਨਾਟ ਲਾਈਕ ਓਨਲੀ ਸਿੰਪਲ ਰਿਫਿਊਜ਼ਲ, ਕੋਈ ਅਗਰ ਕਿਸੇ ਕੋਲ ਵੀਜ਼ਾ ਹੈ ਇੰਗਲੈਂਡ ਤੋਂ ਉਹਨਾਂ ਨੂੰ ਮੋੜਤਾ, ਕੋਈ ਡਿਪੋਰਟ ਆ, ਰਿਮੂਵਲ ਕਰਤਾ, ਤੇ ਉਹਦੇ ਬਾਅਦ ਫਿਰ ਸ਼ੈਨਗਨ ਵੀਜ਼ਾ ਰਿਫਿਊਜ਼ ਹੋ ਗਿਆ। ਸੋ ਆਈ ਐਮ ਮੈਂਟਲੀ ਪ੍ਰਿਪੇਅਰਡ ਕਿ ਇੱਕ ਅੱਧ ਵਾਰ ਰਿਫਿਊਜ਼ ਹੋਏਗਾ ਹੀ ਹੋਏਗਾ ਬਿਕੋਜ਼ ਆਫ ਅਦਰ ਟਰੈਵਲ ਹਿਸਟਰੀ ਔਰ ਸਮਥਿੰਗ, ਬਟ ਆਈ ਥਿੰਕ ਇਨ ਹਿਸ ਕੇਸ ਇਹ ਜਿਹੜੇ ਪੋਜ਼ਿਟਿਵ ਫੈਕਟਰਸ ਨੂੰ ਓਵਰਰਨ ਕਰ ਗਏ। ਸੋ ਆਈ ਐਮ ਵੈਰੀ ਗਲੈਡ ਕਿ ਯੂ ਆਰ ਹੀਅਰ, ਯੂ ਗਾਟ ਦ ਵੀਜ਼ਾ ਐਂਡ ਯੂ ਨੋ ਆਈ ਕੈਨ ਸੀ ਦ ਐਕਸਪ੍ਰੈਸ਼ਨ ਆਫ ਹੈਪੀਨੈਸ ਔਨ ਯੋਰ ਵਾਈਫਸ ਫੇਸ ਐਂਡ ਐਵਰੀਥਿੰਗ ਇਜ਼ ਵਰਕਿੰਗ ਆਊਟ ਗੁੱਡ। ਸੋ ਯੂ ਆਰ ਵਨ ਆਫ ਦ ਬ੍ਰਾਈਟ ਸਪੋਟ। ਅਤੇ ਬਾਕੀ ਜਿਹੜੇ ਲੋਕ ਦੇਖ ਰਹੇ ਸਾਡੇ ਇੰਟਰਵਿਊ ਨੂੰ, ਉਹਨਾਂ ਨੂੰ ਵੀ ਆਪਾਂ ਇੱਕ ਰਿਮਾਇੰਡ ਕਰ ਦਈਏ ਕਿ ਵੀ ਤੁਹਾਡੀ ਐਪਲੀਕੇਸ਼ਨ ਇਸ ਵੇਲੇ ਪੈਂਡਿੰਗ ਚੱਲ ਰਹੀ ਹੈ। ਆਈ ਮੀਨ ਦੇ ਆਰ ਨੋਟ ਰਿਫਿਊਜ਼ ਫੋਰ ਨਾਓ, ਆਈ ਮੀਨ ਆਈ ਨੋ ਸਮ ਆਫ ਦ ਮਾਈ ਐਪਲੀਕੇਸ਼ਨ ਆਰ ਪੈਂਡਿੰਗ ਫੋਰ ਦ ਪਾਸਟ 10 months, 8 months। ਸੋ ਹਾਲੇ ਰਿਮੂਵਲ ਮਤਲਬ ਕਿ ਇਸ ਤਰ੍ਹਾਂ ਨਹੀਂ ਹੈ ਕਿ ਉਹਨਾਂ ਦਾ ਐਪਲੀਕੇਸ਼ਨ ਨੂੰ ਆਪਾਂ ਰਿਮੂਵ ਕਰਨਾ ਹੈ ਜਾਂ ਕੋਈ ਰਿਫਿਊਜ਼ ਹੋ ਜਾਏਗੀ, ਪਰ ਜਸਟ ਬਿਕੋਜ਼ ਆਫ ਦ ਕਰੋਨਾ ਵਾਇਰਸ, ਕਿਉਂਕਿ VFS ਨਹੀਂ ਚੱਲ ਰਹੀ ਹੈ, ਪਾਸਪੋਰਟ ਸਬਮਿਸ਼ਨ ਨਹੀਂ ਹੋ ਸਕਦੇ, ਫਿੰਗਰ ਪ੍ਰਿੰਟਿੰਗ ਵਗੈਰਾ ਸਾਰਾ, ਇਸ ਕਰਕੇ ਪੈਂਡਿੰਗ ਹੈ। ਪਰ ਬਹੁਤ ਦਿਨਾਂ ਤੋਂ ਅਸੀਂ ਸੋਚ ਰਹੇ ਸੀਗੇ ਵੀ ਕੋਈ ਇਸ ਤਰ੍ਹਾਂ ਦੀ ਖਬਰ ਮਿਲੇ, ਜਿਹੜੀ ਖਬਰ ਤੁਸੀਂ ਆ ਜਾ ਕੇ ਅੱਜ ਆ ਕੇ ਜਿਹੜੇ ਆਪਣੇ ਦਰਸ਼ਨ ਕਰਕੇ ਤੁਸੀਂ ਦਿੱਤੀ ਖਬਰ। ਸੋ ਆਈ ਐਮ ਵੈਰੀ ਗਲੈਡ ਇਸ ਵੀਡੀਓ ਦੇ ਮਤਲਬ ਥਰੂ ਇੱਕ ਹੋਰ ਮੈਸੇਜ ਜਿਹੜਾ ਕੱਲ ਇੱਕ ਅਪਡੇਟ ਆਈ ਆ ਉਹ ਸ਼ੇਅਰ ਕਰਨੀ ਚਾਹਾਂਗੇ ਕਿ ਜਿਹੜੇ ਮਿਨਿਸਟਰ ਨੇ, ਜਿਹੜਾ ਇਮੀਗ੍ਰੇਸ਼ਨ ਮਿਨਿਸਟਰ, ਉਹਨਾਂ ਨੇ ਕਿਹਾ ਹੈ ਕਿ ਜਿਹੜੇ ਕੈਨੇਡਾ ਦੇ ਵਿੱਚ ਵਿਜ਼ਿਟਰ ਨੇ ਉਹ ਆਪਣਾ ਵਰਕ ਪਰਮਿਟ ਲਈ ਅਪਲਾਈ ਕਰ ਸਕਦੇ ਆ, LMIA ਲੈ ਸਕਦੇ। ਮਤਲਬ ਇਹ ਕਾਨੂੰਨ ਪਹਿਲਾਂ ਵੀ ਸੀ, ਪਹਿਲਾਂ ਵੀ ਉਹ LMIA ਲੈ ਸਕਦੇ ਸੀ, ਉਹਨਾਂ ਨੂੰ ਬਾਰਡਰ ਤੇ ਜਾਣਾ ਪੈਂਦਾ ਸੀ। ਦੈਟਸ ਰਾਈਟ, ਜੇ ਬਾਰਡਰ ਤੇ ਜਾਣਾ ਪੈਂਦਾ ਸੀ ਤੇ ਫਿਰ ਉੱਥੇ ਜਿਹੜਾ ਉਹ ਕਈ ਵਾਰੀ ਉਹ ਡਿਪੋਰਟ ਵੀ ਹੋ ਜਾਂਦੇ ਸੀ, ਉੱਥੋਂ ਡੈਪੂਟੇਸ਼ਨ ਵੀ, ਕਿਉਂਕਿ ਉਹ ਇਨਵੈਸਟੀਗੇਸ਼ਨ ਜ਼ਿਆਦਾ ਕਰਦੇ ਆ। ਜੇ ਉਹ ਆਨਲਾਈਨ ਲਾਉਂਦੇ ਸੀ ਤਾਂ ਉਹਨਾਂ ਦੀ ਜਿਹੜੀ ਫਾਈਲ ਆ ਉਹ ਜਾਂਦੀ ਸੀ ਨਿਊਯਾਰਕ ਆਫਿਸ ਦੇ ਵਿੱਚ ਜਾਂ LA। ਹੁਣ ਇਹਨਾਂ ਨੇ ਕਰਤਾ ਹੈ ਕਿ ਵਿਦ ਇਨ ਦੀ ਕੈਨੇਡਾ ਜਿਹੜੀ ਤੁਹਾਡੀ ਐਪਲੀਕੇਸ਼ਨ ਹੈ ਪ੍ਰੋਸੈਸ ਹੋਊਗੀ, ਇਟ ਮੀਨਸ ਕਿ ਉਹਨਾਂ ਦਾ ਜਿਹੜਾ ਅਪਰੂਵਲ ਰੇਟ ਹੋਊਗਾ 90% ਤੋਂ ਉੱਪਰ ਹੋਊਗਾ। ਕਿ ਇੱਥੋਂ ਇਸ ਗੱਲ ਤੋਂ ਇਹ ਸ਼ੋਅ ਹੋ ਰਿਹਾ ਕਿ ਕੈਨੇਡਾ ਗਵਰਨਮੈਂਟ ਦੀ ਜਿਹੜੀ ਇੰਟੈਂਸ਼ਨ ਹੈ ਉਹ ਵੀਜ਼ਾ ਦੇਣ ਦੀ ਹੈਗੀ ਆ, ਕਿਉਂਕਿ ਉਹਨਾਂ ਨੂੰ ਵਰਕਰ ਚਾਹੀਦੇ ਆ, ਹੁਣ ਇਸ ਟਾਈਮ ਚਾਹੀਦੇ ਆ, ਕਿਉਂਕਿ ਪਹਿਲਾਂ ਨਹੀਂ ਸੀ ਚਾਹੀਦੇ, ਅਨਇੰਪਲੋਇਮੈਂਟ ਰੇਟ ਜਿਹੜਾ ਹਾਈ ਹੋਣ ਕਰਕੇ ਉਹ ਨਹੀਂ ਸੀ, ਹੁਣ ਉਹਨਾਂ ਨੂੰ ਚਾਹੀਦੇ ਆ। ਮੈਨੂੰ ਲੱਗਦਾ ਹੈ ਕਿ ਜਦੋਂ ਆ VFS ਖੁੱਲਣਗੇ, ਸ਼ਾਇਦ ਜਿਹੜੀ ਓਪਨ ਵਰਕ ਪਰਮਿਟ ਜਿਹੜੀ ਕੈਟਾਗਰੀ ਆ ਇਹਦੇ 'ਚ ਵੀ ਕਾਫੀ ਵੀਜ਼ਾ ਲੱਗਣਗੇ। ਮਤਲਬ ਅਸੀਂ ਆਸ ਕਰ ਸਕਦੇ ਹਾਂ, ਕੋਈ ਇਹ ਕਹਿ ਨਹੀਂ ਸਕਦੇ ਵੀ ਹਾਂ ਪੱਕਾ, ਬਟ ਹਾਂ ਜੋ ਇਹਨਾਂ ਦੇ ਕੈਨੇਡਾ ਗਵਰਨਮੈਂਟ ਦੀ ਇਸ ਟਾਈਮ ਇੰਟੈਂਸ਼ਨਸ ਜਿਹੜੀਆਂ ਸ਼ੋਅ ਹੋ ਰਹੀਆਂ ਉੱਤੋਂ ਇਹੀ ਲੱਗ ਰਿਹਾ ਕਿ ਸ਼ਾਇਦ ਜਿਹੜੇ ਵਰਕਰ ਆ, ਜਿਹੜੇ ਵਰਕ ਪਰਮਿਟ ਆ, ਉਹਨਾਂ ਨੂੰ ਇਹ ਅਪਰੂਵਲ ਜਿਹੜਾ ਵਾ ਉਹ ਕਰਨਗੇ ਆਉਣ ਵਾਲੇ ਜਦੋਂ ਕੋਵਿਡ ਤੋਂ ਜਾਂ VFS ਖੁੱਲ ਜਾਂਦੇ ਆ ਉਸ ਤੋਂ ਬਾਅਦ 'ਚ। Yeah, you right about this. So, jira kal tusi kal update aaya, mere khayal ke you right ke pehla lokan nu bahar ja ke exit karke port of entry to ya Los Angeles to approval leni pendi si. Aaj kal farz karo agar koi visitor already aaya hua hai ichhi and he has a job offer with LMIA, so unhanu bahar nikal di load nahi hai, it can be processed from within Canada itself. So like extension of status into port of entry possible, par odeli you right, you need a job offer and LMIA. When you contacted us last year, I think last fall, I think you paid some consultation fees to talk about this. Did you have any hope ki tada matlab inada husband da visa lag jayega, you were just trying to explore ki pata nahi lage let's check it out? ਸਰ ਇੱਕ ਹੋਪ ਸੀ, ਲਾਈਕ ਮੈਂ ਤੁਹਾਨੂੰ ਪਹਿਲੇ ਵੀ ਇੱਕ ਵਾਰ ਬੋਲਿਆ ਸੀ ਕਿ ਲਾਈਕ ਮੇਰੇ ਹਸਬੈਂਡ ਨੂੰ ਪੂਰਾ ਟਰੱਸਟ ਸੀ ਕਿ ਲਾਈਕ ਸਰ ਤੋਂ ਫਾਈਲ ਲਗਵਾਉਣੀ ਹੈ ਤੇ ਵੀਜ਼ਾ ਆਏਗਾ ਹੀ ਆਏਗਾ। ਇੱਕ ਹੁੰਦਾ ਮਤਲਬ ਅੰਦਰ ਤੋਂ ਹੀ ਆਵਾਜ਼ ਆਉਂਦੀ ਹੈ, ਉਦਾਂ ਦਾ ਇਹਨਾਂ ਨੂੰ ਸੀ ਕਿ ਤੁਹਾਡੀ ਹਰ ਵੀਡੀਓ ਦੇਖਦੇ ਸੀ ਐਂਡ ਇਹਦਾ ਇਹ ਹੋਪ ਸੀ ਕਿ ਲਾਈਕ ਅਗਰ ਲਗਵਾਉਣੀ ਹੈ ਸਰ ਤੋਂ ਲਗਵਾਵਾਂਗੇ, ਮੈਨੂੰ ਹੋਪ ਆ ਪੂਰੀ ਕਿ ਸਰ ਤੋਂ ਆਏਗਾ ਹੀ ਆਏਗਾ। ਔਰ ਮੈਨੂੰ ਵੀ ਇੱਦਾਂ ਲੱਗਦਾ ਸੀ ਕਿ ਹਾਂ ਆਜੂਗਾ ਫਸਟ ਟਾਈਮ ਤੇ ਹੀ, ਐਂਡ ਉਦਾਂ ਹੀ ਹੋਇਆ, ਲਾਈਕ ਵਿਦ ਇਨ 1 week ਸਾਨੂੰ ਵੀਜ਼ਾ ਮਿਲ ਗਿਆ ਸੀ। Yeah, how much money we charged to you in total earlier? I think was 220 last year for consultation, and after that we charge how much total?
$8,000 and you deducted the $220 from that. So if you have $8,000, if you have $275, if you have cut it, if you have $8,000, then you have $8,000. $8,000 means about 4 lakh rupees. $4 lakh with husband here. ਨਾਲ ਪਹਿਲੇ ਚੜਕੇ ਤੇ ਵੀਜ਼ਾ ਲੱਗਿਆ ਇਹ ਨਹੀਂ ਕਿ ਰਿਫਿਊਜ਼ਲ ਲੱਗੇ ਰਾਈਟ ਫਸਟ ਟਾਈਮ ਚ ਵੀਜ਼ਾ ਲੱਗਿਆ ਆਫਟਰ ਸੋ ਮੈਨੀ ਰਿਫਿਊਜ਼ਲਸ ਐਂਡ ਅਦਰ ਥਿੰਗਸ ਐਂਡ ਤੁਸੀਂ ਤੇ ਵਾਕਈ ਲੋਟਰੀ ਜਿੱਤ ਲਈ ਹੈ ਸੋ ਐਂਡ ਆਈ ਐਨਕਰੇਜ ਦ ਵਾਈਫ ਕਿ ਤੁਸੀਂ ਆਪਣੀ ਇੰਗਲਿਸ਼ ਵਾਲਾ ਆਈਲੈਸ ਵਾਲਾ ਆਪਣਾ ਪ੍ਰੂਫ ਰੱਖੋ ਐਂਡ ਯੂ ਨੋ ਜੋਬ ਐਕਸਪੀਰੀਅੰਸ ਕਰੋ ਐਂਡ ਦੈਨ ਯੂ ਕੈਨ ਫਾਈਲ ਫੋਰ ਐਕਸਪ੍ਰੈਸ ਐਂਟਰੀ ਔਰ ਪੀ ਐਨ ਪੀ ਵਟ ਐਵਰ ਦੈਟ ਇਜ਼ ਸੋ ਗਲਤ ਇਹ ਹੈ ਕਿ ਵੀ ਇੱਕ ਵਾਰ ਹਸਬੈਂਡ ਆ ਗਿਆ ਤੇ ਉਹਨੇ ਮੁੜ ਕੇ ਜਾਣਾ ਨਹੀਂ ਹੈ ਪਤਾ ਨਹੀਂ ਮੈਨੂੰ ਇਹ ਨਹੀਂ ਸਮਝ ਆਉਂਦਾ ਕਿ ਵੀਜ਼ਾ ਆਫੀਸਰ ਕਿਉਂ ਲਿਖਦੇ ਆ ਕਿ ਵੀ ਯੂ ਵਿਲ ਨੈਵਰ ਕਮ ਬੈਕ ਯੂ ਨੋ ਸਮ ਟਾਈਮਸ ਦੇ ਰਿਫਿਊਜ਼ ਵੀਜ਼ਾ ਐਂਡ ਸੇ ਯੂ ਵਿਲ ਨੈਵਰ ਲੀਵ ਕੈਨੇਡਾ ਉਹਨਾਂ ਨੂੰ ਪਤਾ ਹੈ ਨਾ ਕੋਈ ਸਟੂਡੈਂਟ ਵਾਪਸ ਗਿਆ ਅੱਜ ਤੱਕ ਨਾ ਕੋਈ ਵਰਕ ਵੀਜ਼ਾ ਵਾਲਾ ਵਾਪਸ ਜਾਏਗਾ ਪਰ ਉਹ ਇੱਕ ਸੈਕਸ਼ਨ ਹੈ R179 ਸੈਕਸ਼ਨ ਵਾਰ ਵਾਰ ਬਹਾਨੇ ਨਾਲ ਉਹ ਲਿਖੀ ਜਾਂਦੇ ਨੇ ਕਿ ਵੀ ਠੀਕ ਹੈ ਯੂ ਵਿਲ ਨੈਵਰ ਕਮ ਬੈਕ ਕਿਉਂਕਿ ਇੱਥੇ ਜਿਹੜਾ ਇੱਕ ਵਾਰ ਕੈਨੇਡਾ ਤੋਂ ਦਾਖਲ ਹੋ ਗਿਆ ਗੇਟ ਦੇ ਅੰਦਰ ਉਹਨਾਂ ਨੇ ਮੁੜ ਕੇ ਨਹੀਂ ਜਾਣਾ ਉਹਨੇ PR ਲੈ ਕੇ ਨਹੀਂ ਜਾਣਾ ਫਿਰ So that's wonderful. Anyway, everything is good. All has ended well, which has started well. And sir, main itthe bhai request karunga ki tuhi thoda ja kyunki jehde is video nu dekh rahe tuhadi situation de vich bahut log phase hoye aa tuhi thoda ja clear kar deo ki tuhi eh sara kuch kivein tuhanu job mili te phir tuhi kivein airport te jadon gaye unna nu tuhi ki kiya unna ne tuhanu ki question kite eh thoda ja je tuhi hove te 2-4 minute de vich dass deo kyunki bahut sare log jehde unna nu help milugi tuhade ton ਜਿਹੜਾ ਪਰਮਿਟ ਸੀਗਾ ਉਹ 18 ਮਾਸ ਤੋਂ ਪਹਿਲੇ ਦਾ ਸੀ ਉਹ ਤਾਂ ਕ੍ਰਾਈਟੇਰੀਆ ਮੇਰਾ ਫੁਲਫਿਲ ਸੀਗਾ ਲੇਕਿਨ ਜਿਹੜਾ ਦੂਸਰਾ ਕ੍ਰਾਈਟੇਰੀਆ ਉਹਨਾਂ ਦੇ ਪ੍ਰੋਪਰ ਸਾਈਟ ਤੇ ਲਿਖਿਆ ਹੈ ਕੈਨੇਡਾ ਦੇ .ca ਤੇ ਕਿ ਯੂ ਨੀਡ ਅ ਜੋਬ ਲੈਟਰ ਔਰ ਉਹ ਵੀ ਐਸੈਂਸ਼ੀਅਲ ਜੋਬ ਹੋਏ ਤੇ ਫਿਰ ਤੁਹਾਡੀ ਐਂਟਰੀ ਹੈ ਦੈਨ ਮੇਰੇ ਵਾਈਫ ਜਿੱਥੇ ਉਹਨਾਂ ਨੇ ਮਤਲਬ ਜੋਬ ਕਰਦੇ ਸੀਗੇ ਉੱਥੇ ਉਹਨਾਂ ਨੇ ਮਤਲਬ ਉਹਨਾਂ ਨਾਲ ਗੱਲ ਕੀਤੀ ਕਿ ਇਫ ਯੂ ਨੀਡ ਅ ਫੁੱਲ ਟਾਈਮ ਵਰਕਰ ਸੋ ਮਾਈ ਹਸਬੈਂਡ ਇਜ਼ ਵੇਟਿੰਗ ਦੇਅਰ ਇਨ ਇੰਡੀਆ ਹੀ ਇਜ਼ ਗੋਟ ਹਿਸ ਵੀਜ਼ਾ ਬਿਫੋਰ 4 months ਨਾਊ ਹੀ ਇਜ਼ ਸਟਕ ਹੈ ਮੈਨੇ ਮਤਲਬ ਕਿ ਕਿਹਾ ਯਾ ਵੀ ਨੀਡ ਇਟ ਬਿਕੋਜ਼ ਅੱਗੇ ਇਹ ਸਟੂਡੈਂਟਸ ਨੇ ਅੱਗੇ ਫਿਰ ਫੁੱਲ ਟਾਈਮ ਤੇ ਹੋਣਗੇ ਨਹੀਂ ਪਾਰਟ ਟਾਈਮ ਹੋ ਜਾਣਗੇ ਤੇ ਉਹਨਾਂ ਨੇ ਮੈਨੂੰ ਫਿਰ ਉਹਨਾਂ ਨੇ ਮੈਨੂੰ ਉੱਥੋਂ ਆਫਰ ਲੈਟਰ ਭੇਜੀ ਐਂਡ ਇਟ ਵਾਸ ਆਲ ਜੈਨੂਇਨ ਪ੍ਰੋਪਰ ਹੈ ਟਿਮਿੰਸ ਵਿੱਚ ਹੀ ਹੈਗਾ ਤੇ ਮੈਂ ਟਿਮਿੰਸ ਹੀ ਆਇਆ ਸਿੱਧਾ ਅੱਛਾ ਵਾਟ ਇਜ਼ ਦ ਜੋਬ ਕੈਟਾਗਰੀ ਵਾਟ ਇਜ਼ ਦ ਜੋਬ ਅਬਾਊਟ ਕੀ ਹੈ ਜੋਬ ਟਾਈਟਲ ਕੀ ਹੈ ਐਕਚੁਅਲੀ ਇਟਸ ਅ ਫੋਰੈਸਟਰੀ ਦਿਸ ਥਿੰਗ ਹੈ ਕਿ ਆਪਣਾ ਕੰਪਨੀ ਹੈ ਉਹ ਜਿਹੜਾ ਵੁੱਡ ਜਿਹੜੇ ਟਰੀਜ਼ ਕਟਿੰਗ ਹੁੰਦੀ ਹੈ ਨਾ ਉਹਨਾਂ ਦੇ ਵੁੱਡ ਉਹ ਲੋਕ ਮਸ਼ੀਨ ਕੱਟ ਕਰਕੇ ਉਹ ਲੋਕ ਅੱਗੇ ਭੇਜਦੇ ਨੇ ਇੱਥੇ ਓਨਟਾਰੀਓ ਵਿੱਚ ਸਮਝ ਗਿਆ ਤੇ ਉਹਦੇ ਵਿੱਚ ਮਤਲਬ ਹਾਂ ਉਹਦੇ ਵਿੱਚ ਹੀ ਹੈਗਾ ਫਾਇਰਵੁੱਡ ਦੇ ਜਿਹੜੇ ਪੈਕਿੰਗ ਹੈ ਔਰ ਸਪਲਿਟਿੰਗ ਕਰਨਾ ਉਹ ਚੀਜ਼ ਤੇ ਪੈਕਿੰਗ ਕਰਕੇ ਫਿਰ ਅੱਗੇ ਭੇਜ Okay, so it is just a regular job. There's no LMI, nothing. Just regular job and on a simple letter. That's it. उन्होंने अपने letterhead चे proper उन्हें दी जो president है Jennifer करके उन्हें दाना है. उन्होंने दिता अपना number, email address, everything. उन्होंने मेरा नाम mention की था. That we are hiring him as a $14 per this thing per hour wage rate, and he will be a full time. But he will join his job after 14 days quarantine. मतलब वो proper लिखा सी. ਕਿ ਆਉਣ ਤੋਂ ਬਾਅਦ 14 ਡੇਜ਼ ਕੁਆਰੰਟਾਈਨ ਕਰਕੇ ਜੋਬ ਮਤਲਬ ਲੈ ਤੇ ਉਹ ਸਾਰਾ ਮੇਰਾ ਮਤਲਬ ਕਿ ਮੈਨੂੰ ਠੀਕ ਲੱਗਿਆ ਉਸ ਤੋਂ ਬਾਅਦ ਤੇ ਫਿਰ ਮੈਂ ਉੱਥੋਂ ਟਿਕਟ ਵਿਕਟ ਬੁੱਕ ਕੀਤੀ ਮੈਂ ਡਰਿਆ ਤਾਂ ਸੀ ਵੈਸੇ ਸਰ ਥੋੜ੍ਹਾ ਜਿਹਾ ਮੈਨੂੰ ਠੀਕ ਸੀਗਾ ਮਨ ਵਿੱਚ ਆ ਬਿਕੋਜ਼ ਇਹ ਟਾਈਮ ਹੀ ਉਸ ਤਰ੍ਹਾਂ ਸਰ ਮੈਂ ਜੋਬ ਮਤਲਬ ਮੈਂ ਬੁੱਕ ਕੀਤੀ ਟਿਕਟ ਵੀ ਮਹਿੰਗੀ ਮਿਲੀ ਕਾਫੀ ਬਿਕੋਜ਼ ਅਗਰ ਰਿਟਰਨ ਹੋਣਾ ਸੀ ਤਾਂ ਬਹੁਤ ਬੜਾ ਨੁਕਸਾਨ ਹੋਣਾ ਸੀ ਵਾਪਸ ਤੇ ਮੈਂ ਕੀਤਾ ਤੇ ਮੈਂ ਜਸਨੀਤ ਨੂੰ ਕਿਹਾ ਜਸਨੀ ਕਹਿੰਦੀ ਟਰੱਸਟ ਰੱਖੋ ਕੋਈ ਨੀ ਸਭ ਹੋ ਜਾਏਗਾ ਠੀਕ ਠਾਕ ਫਿਰ ਵਿੱਚ ਸੁਖਮਨ ਵੀਰ ਨੂੰ ਕਾਲ ਕਰਦੇ ਸੀ ਉਹ ਕਹਿੰਦੇ ਸੀ ਤੁਸੀਂ ਦੇਖ ਲਓ ਜਿਵੇਂ ਤੁਹਾਨੂੰ ਠੀਕ ਲੱਗੇ ਕਿਉਂਕਿ ਹੁਣ ਸਿਚੁਏਸ਼ਨ ਉੱਪਰ ਥੱਲੇ ਹੀ ਹੈ ਜਾਂ ਤਾਂ ਆ ਵੀ ਸਕਦੇ ਹੋ ਰਿਟਰਨ ਬੈਕ ਕਰ ਸਕਦੇ ਅਸੀਂ ਫਿਰ ਅਸੀਂ ਕੀ ਕੀਤਾ ਮੇਨ ਚੀਜ਼ ਇਹ ਹੋ ਗਈ ਕਿ ਜਸਨੀਤ ਨੂੰ ਮੈਂ ਕਿਹਾ ਕਿ ਤੂੰ ਉੱਥੇ ਸਰਚ ਕਰ ਕੋਈ ਕੈਨੇਡੀਅਨ ਬਾਰਡਰ ਏਜੰਸੀ ਦੇ ਨੰਬਰ ਹੁੰਦੇ ਨੇ ਉਹਨਾਂ ਦੇ ਸਾਈਟ ਉੱਪਰ ਉਹ ਮਿਲ ਗਏ ਸਾਨੂੰ ਜਸਨੀਤ ਨੇ ਉੱਥੇ ਕਾਲ ਕਰਤਾ ਉਹਨਾਂ ਨੂੰ ਜਸਟ ਪੁੱਛਣ ਲਈ ਕਿ ਕੀ ਰਾਏ ਮਤਲਬ ਇੱਕ ਆਈਡੀਆ ਲੈਣ ਲਈ ਕਿ ਮੇਰੇ ਹਸਬੈਂਡ ਉੱਥੇ ਹੈਗੇ ਉਹਨਾਂ ਨੇ ਕਲੀਅਰ ਦੱਸਿਆ ਕਿ ਇਫ ਹੀ ਗੋਟ ਹਿਸ ਜੋਬ ਦੈਨ ਓਨਲੀ ਹੀ ਕੈਨ ਐਲੀਜੀਬਲ ਟੂ ਬੀ ਐਂਟਰ ਇਨ ਕੈਨੇਡਾ ਉਹਨਾਂ ਨੇ ਇਹ ਗੱਲ ਕਲੀਅਰ ਕਰਤੀ ਫਿਰ ਜਸਨੀਤ ਨੇ ਕਿਹਾ ਕਿ ਮੇਰੇ ਹਸਬੈਂਡ ਉੱਥੇ ਬੈਠੇ ਹੋ ਕਿਵੇਂ ਕਰਨਗੇ ਕਿੱਥੇ ਕਿਵੇਂ ਲੱਭਣਗੇ ਉਹ ਕਹਿੰਦੇ ਕਿ ਤੁਸੀਂ ਉਹਨਾਂ ਦਾ ਤੁਸੀਂ ਉਹਨਾਂ ਦੀ ਹੈਲਪ ਕਰ ਦਿਓ ਆਨਲਾਈਨ ਉਹਨਾਂ ਨੂੰ ਕਰਾ ਦਿਓ ਫਿਰ ਜਸਨੀਤ ਨੂੰ ਮੈਂ ਆਪਣਾ ਰੈਜ਼ਿਊਮੇ ਦਿੱਤਾ ਉਹਨੇ ਉੱਥੇ ਦਿੱਤਾ ਤੇ ਉਹ ਕਹਿੰਦੇ ਵੀ ਨੀਡ ਇਟ ਫੁੱਲ ਟਾਈਮ ਵਰਕਰ ਸੋ ਸਾਨੂੰ ਇਸ ਦਾ ਜੋਬ ਲੈਟਰ ਮਿਲ ਯਾ
ਤੇ ਉਸ ਤੋਂ ਬਾਅਦ ਫਿਰ ਫਿਰ ਮੈਂ ਟਿਕਟ ਵਿਕਟ ਕਰਾਈ ਦਿੱਲੀ ਵਿੱਚ ਵੀ ਮੇਰੇ ਕੋਲ ਜ਼ਿਆਦਾ ਕੁਸ਼ਚਨ ਨਹੀਂ ਹੋਏ ਦੋ ਹੀ ਤਿੰਨ ਪੁੱਛੇ ਉਹਨੇ ਕਿੱਥੇ ਜਾਓਗੇ ਕੌਣ ਹੈ ਤੁਹਾਡੇ ਵਾਈਫ ਕਿੱਥੇ ਰਹਿੰਦੇ ਨੇ ਔਰ ਉਹਦੇ ਕੋਲ ਜਾ ਕੇ ਕੁਆਰੰਟਾਈਨ ਉੱਥੇ ਹੋ ਗਿਆ ਇਸ ਤਰ੍ਹਾਂ ਮੈਨੂੰ ਉਹਨੇ ਪੁੱਛਿਆ ਤਾਂ ਉਹ ਮੈਨੂੰ ਉੱਥੇ ਕਲੀਅਰ ਹੋ ਗਿਆ ਦੈਨ ਮੈਂ ਕੈਨੇਡਾ ਆਇਆ ਤੇ ਕੈਨੇਡਾ ਵਿੱਚ ਮੇਰੇ ਦੋ ਇਮੀਗ੍ਰੇਸ਼ਨ ਇੱਕ ਤੇ ਪਹਿਲਾ ਸਟਾਰਟਿੰਗ ਵਿੱਚ ਸੀ ਉਸ ਤੋਂ ਬਾਅਦ ਦੂਸਰਾ ਜਿਹਨੇ ਵਰਕ ਲੈਟਰ ਵਰਕ ਪਰਮਿਟ ਲੈਟਰ ਦਿੱਤਾ ਜਿਹੜਾ ਆਉਣ ਤੋਂ ਬਾਅਦ ਜਿਹੜਾ ਉੱਧਰ ਮਿਲਦਾ ਫਸਟ ਵਾਲੀ ਨੇ ਤੇ ਮੈਨੂੰ ਜੋਬ ਲੈਟਰ ਨਹੀਂ ਦੇਖਿਆ ਉਸਨੇ ਸਿਰਫ ਮੇਰੇ ਕੋਲ ਉਹ ਲੈਟਰ ਲਿਆ ਜਿਹੜਾ ਤੁਸੀਂ ਕਿਹਾ ਸੀ ਕਿ ਉਹ ਲੈਟਰ ਲੈ ਕੇ ਜਾਣਾ ਕੰਪਲਸਰੀ ਉਹ ਲਿਆ ਐਂਡ ਪਾਸਪੋਰਟ ਲਿਆ ਠੀਕ ਹੈ ਇਹ ਦੋ ਚੀਜ਼ਾਂ ਲਈ ਫਿਰ ਉਸਨੇ ਮੈਨੂੰ ਪੁੱਛਿਆ ਕਿ ਯੂ ਕੇਮ ਫੋਰ ਐਮ ਜੋਬ ਐਮਪਲੋਇਮੈਂਟ ਯੂ ਹੈਵ ਅ ਆਫਰ ਲੈਟਰ ਮੈਂ ਕਿਹਾ ਯੈਸ ਤੇ ਉਹਨੇ ਪੁੱਛਿਆ ਨਹੀਂ ਆਫਰ ਲੈਟਰ ਦੈਨ ਵਾਈਫ ਦੇ ਬਾਰੇ ਪੁੱਛਣ ਲੱਗੀ ਕਿਹੜਾ ਸਟੱਡੀ ਹੈ ਕਿੱਥੇ ਰਹਿੰਦੀ ਹੈ 14 ਡੇਜ਼ ਤੁਸੀਂ ਉੱਧਰ ਜਾ ਰਹੇ ਹੋ ਉਹਨਾਂ ਕੋਲ ਜਾਂ ਟੋਰਾਂਟੋ ਮੈਂ ਕਿਹਾ ਨਹੀਂ ਮੈਂ ਸਿੱਧਾ ਉੱਧਰ ਜਾਵਾਂਗਾ ਮੇਰੀ ਵਾਇਆ ਫਲਾਈਟ ਮੈਂ ਉਹਨਾਂ ਨੂੰ ਟਿਕਟ ਦੱਸੀ ਕਿ ਮੇਰੇ ਵਾਈਫ ਨੇ ਟਿਕਟ ਕਰਾਈ ਹੈ ਇਹ ਸਭ ਜੈਨੂਅਨ ਸੀ ਸਭ ਹੋ ਗਿਆ ਉਹਨਾਂ ਨੇ ਕਿਹਾ ਓਕੇ ਡਨ ਉਹਨਾਂ ਨੇ ਪੁੱਛਿਆ ਕੋਈ ਫੂਡ ਲਿਆਂਦਾ ਤੁਸੀਂ ਕੋਈ ਐਲਕੋਹਲ ਤੁਹਾਡੇ ਕੋਲ ਉਸਨੇ ਕਲੀਅਰ ਕਰਕੇ ਮੈਨੂੰ ਸੈਕਿੰਡ ਸਟੈਪ 'ਚ ਭੇਜਦਾ ਉੱਥੇ ਗੋਰਾ ਸੀਗਾ ਤੇ ਪਹਿਲੀ ਗੋਰੀ ਸੀ ਉਹ ਕਲੀਅਰ ਹੋ ਗਿਆ ਦੂਸਰਾ ਗੋਰਾ ਸੀਗਾ ਉਸਨੇ ਮੇਰੇ ਕੋਲ ਸਿਰਫ ਇੱਕੋ ਗੱਲ ਪੁੱਛੀ ਮੈਂ ਉੱਧਰ ਗਿਆ ਤੇ ਉਹ ਕਹਿੰਦਾ ਕੈਨ ਆਈ ਸੀ ਯੋਰ ਜੋਬ ਐਮਪਲੋਇਮੈਂਟ ਲੈਟਰ ਮੈਂ ਸਿੱਧਾ ਦੇ ਉਸਨੇ ਥੋੜ੍ਹੀ ਦੇਰ ਗੌਰ ਨਾਲ ਦੇਖਿਆ ਪੜ੍ਹਿਆ ਆਈ ਡੋਂਟ ਨੋ ਮੈਨੂੰ ਲੱਗਿਆ ਸ਼ਾਇਦ ਉਹ ਮੈਨੂੰ ਕੁਸ਼ਚਨ ਕਰੇਗਾ ਮੈਨੂੰ ਇਸ ਤਰ੍ਹਾਂ ਦੀ ਮਤਲਬ ਪਿੱਛੋਂ ਫੀਲਿੰਗ ਆਈ ਲੇਕਿਨ ਉਸਨੇ ਪੜ੍ਹ ਕੇ ਲੈਟਰ ਸਾਈਡ 'ਤੇ ਕੀਤਾ ਓਕੇ ਕਰਕੇ ਉਹਨੇ ਵਰਕ ਪਰਮਿਟ ਉੱਥੋਂ ਕੱਢਿਆ ਉਹਦਾ ਪ੍ਰਿੰਟ ਉਹ ਮੈਨੂੰ ਦਿੱਤਾ ਸਟੈਂਪ ਮਾਰੀ ਯੂ ਕੈਨ ਗੋ ਦੈਟਸ ਇਟ ਕੁਛ ਨਹੀਂ ਪੁੱਛਿਆ ਸਕਦੇ ਯਾ ਵੰਡਰਫੁਲ ਵੰਡਰਫੁਲ ਸੋ ਦੇ ਸਮ ਟਾਈਮਸ ਦੇ ਸਸਪੀਸ਼ੀਅਸ ਕਿ ਵੀ ਜੋਬ ਲੈਟਰ ਅਸਲੀ ਵੀ ਹੈ ਕਿ ਨਹੀਂ ਕੋਈ ਜੁਗਾੜ ਕੋਈ ਜੁਗਾੜ ਤੇ ਨਹੀਂ ਕਿਸੇ ਦਾ ਕੋਈ ਸੋ ਦੇ ਵਾਂਟ ਟੂ ਚੈੱਕ ਇਟ ਆਊਟ ਐਂਡ ਦੇ ਮੈਨੂੰ ਨਹੀਂ ਯਾਦ ਆ ਗਿਆ ਤੁਸੀਂ ਕਿਹਾ ਨਾ ਕਿ ਵੀ ਉਹਨੇ ਅਫਸਰ ਨੇ ਪੁੱਛਿਆ ਕਿ ਡਿਡ ਯੂ ਬ੍ਰਿੰਗ ਐਨੀਥਿੰਗ ਫੂਡ ਔਰ ਸਮਥਿੰਗ ਮੈਨੂੰ ਇੱਕ ਚੇਤਾ ਆ ਗਿਆ ਕਿ ਇੱਕ ਕਲਾਇੰਟ ਸੀ ਮੇਰਾ ਅੱਜ ਤੋਂ 2 ਸਾਲ ਪਹਿਲਾਂ ਉਹ ਵੀ ਇਸ ਤਰ੍ਹਾਂ ਆ ਰਹੇ ਸੀ ਤੇ ਉਹਨੇ ਜਦ ਉਹਨੂੰ ਇਹ ਸਾਰਾ ਪ੍ਰੋਸੈਸ ਹੋ ਰਿਹਾ ਸੀ ਨਾ ਵਰਪਨ ਮਿਲ ਰਿਹਾ ਸੀ ਤਾਂ ਉਹਨੇ ਪੁੱਛਿਆ ਕਿ ਵੀ ਡਿਡ ਯੂ ਬ੍ਰਿੰਗ ਐਨੀ ਉਹ ਕਹਿੰਦੇ ਯੈਸ ਆਈ ਹੈਵ ਬੇਸਨ ਕੇ ਲੱਡੂ ਡੂ ਯੂ ਵਾਂਟ ਵਨ ਸੋ ਆਈ ਰਿਮੈਂਬਰ ਦੈਟ ਕਨਵਰਸੇਸ਼ਨ ਵੈਰੀ ਵੈਲ ਉਹਨੇ ਉਸਨੇ ਕਿਉਂ ਪੁੱਛਿਆ ਕਿ ਮਤਲਬ ਕੋਈ ਚੀਜ਼ ਬਾਹਰ ਤੋਂ ਖਾਣ ਲੈਣਾ ਹੈ ਕੋਰੋਨਾ ਕਰਕੇ ਉਸਨੇ ਕਿਹਾ ਕਿ ਬਿਕੋਜ਼ ਇਫ ਹੈਗੀ ਹੈ ਤੇ ਡ੍ਰੌਪ ਕਰ ਦੋ ਇੱਥੇ ਲੈ ਕੇ ਨਹੀਂ ਜਾਣ ਦੇ ਚਲੋ ਨਾਈਸ ਹੇ ਦੈਟਸ ਅ ਗ੍ਰੇਟ ਗ੍ਰੇਟ ਐਕਸਪੀਰੀਅੰਸ ਐਂਡ ਗ੍ਰੇਟ ਵੇ ਆਫ ਐਂਟਰਿੰਗ ਕੈਨੇਡਾ ਲੀਗਲੀ ਸੇਫਲੀ ਯੂ ਨੋ ਅਕੋਰਡਿੰਗ ਟੂ ਰੂਲਸ ਐਂਡ I welcome you here and then you know everything is okay so you were supposed to quarantine even from your wife how come you are close I mean you are supposed to stay about you know apart from it's being 1 year now we are together so it's really hard for us sir ho nahi paya main bahut koshish ki thi but tu samajh rahe ho ਮੈਂ ਕਿਹਾ ਅਸੀਂ ਟਾਈਮ ਸਪੈਂਡ ਕਰਨਾ ਹੀ ਆ ਮੇਰਾ ਔਰ ਮੇਰਾ ਐਕਚੁਅਲੀ ਇੱਥੇ ਬੇਸਮੈਂਟ ਹੈਗਾ ਥੱਲੇ ਅਸੀਂ ਘਰ 'ਚ ਮਤਲਬ ਜਸਨੀਤ ਨੇ ਪੂਰਾ ਕੀਤਾ ਤਾਂ ਮੈਂ ਉੱਥੇ ਹੀ ਰਹਾਂਗਾ Yeah, you stay in the basement. She will prepare the food and order pizza for you, Tim Hortons. You send it to basement, which is there, and come back here to watch TV. Yeah, that's the thing. Yes, basement is around 14 days. Yeah, that will be safe. Yeah, all right. Hey, thank you very much. Thank you very much for calling. I actually completely forgot and I did not know that you were coming. But it's a great, great message, great experience, and I'm very glad that you did call. So thank you very much for your time. Enjoy your day, and hopefully if you are in a... Dena si sir main. Haji. Ek message dena si like saran li. Okay. Okay na. Go ahead. Mera message like apna like jab bhi the file lagande hain apna price sunde hain ki like sir di fee inni zyada hai. ਮੋਸਟਲੀ ਲੋਕਾਂ ਦੇ ਦਿਲ ਚ ਆਉਂਦਾ ਕਿ ਲਾਈਕ ਇੰਨਾ ਪੈਸਾ ਦੇ ਕੇ ਫਾਈਲ ਕਿਉਂ ਲਗਾਣੀ ਤੇ ਮੇਰਾ ਉਹਦੇ ਲਈ ਇਹੀ ਮੈਸੇਜ ਹੈ ਕਿ ਤੁਸੀਂ 10 ਜਗ੍ਹਾ ਜਾ ਕੇ ਲੱਖ ਲੱਖ ਜਾਂ 50,000 ਦੋਗੇ ਉਸ ਤੋਂ ਬੈਟਰ ਹੈ ਸਰ ਨੂੰ ਕੱਟੀ ਫੀ ਦੇ ਦੋ ਐਂਡ ਯੂ ਕੈਨ ਟਰਸਟ ਹਿਮ ਐਂਡ ਵਨ ਮੋਰ ਥਿੰਗ ਇਜ਼ ਲਾਈਕ ਕਿ ਗੁੱਡ ਥਿੰਗਸ ਟੇਕ ਟਾਈਮ ਤੇ ਅਗਰ ਤੁਸੀਂ ਸਰ ਦੇ ਨਾਲ ਫਾਈਲ ਲਗਾ ਰਹੇ ਹੋ ਥੋੜਾ ਟਰਸਟ ਰੱਖੋ ਅਗਰ ਥੋੜਾ ਡਿਲੇ ਵੀ ਹੋਏਗਾ ਲੇਕਿਨ ਯੂ ਕੈਨ ਟਰਸਟ ਹਿਮ ਮੇਰਾ ਇਹ ਮੈਸੇਜ ਹੈ ਸਾਰੇ ਲਈ ਐਂਡ 10 ਜਗ੍ਹਾ ਜਾ ਕੇ ਹਰ ਏਜੰਟ ਤੋਂ ਰਿਜੈਕਸ਼ਨਸ ਲਗਾਉਣ ਤੋਂ ਬੈਟਰ ਹੈ ਇੱਕ ਗੁੱਡ ਜਗ੍ਹਾ ਜਾ ਕੇ ਇਨਵੈਸਟਮੈਂਟ ਅੱਛਾ ਕਰੋ ਜੋ ਤੁਹਾਨੂੰ ਅੱਗੇ ਫਿਊਚਰ ਦੇ ਫਰੂਟਫੁਲ ਵੀ ਹੋਊਗਾ ਵੈਲ ਥੈਂਕ ਯੂ ਵੈਰੀ ਮਚ ਫੋਰ ਐਪਰੀਸੀਏਸ਼ਨ ਪਰ ਇਹਦੇ ਨਾਲ ਮੈਂ ਤੁਹਾਨੂੰ ਇੱਕ ਚੀਜ਼ ਹੋਰ ਜੋੜ ਦਿਆਂ ਐਕਚੁਅਲੀ ਕਿ ਦੇਰ ਇਜ਼ ਨੋ ਗਾਰੰਟੀ ਕਿ ਵੀ ਫਾਈਲ ਅਗਰ ਮੇਰੇ ਥਰੂ ਲੱਗੇਗੀ ਸੋ ਵੀਜ਼ਾ ਆ ਜਾਏਗਾ ਦੇਰ ਇਜ਼ ਐਬਸੋਲੂਟ ਨੋ ਗਾਰੰਟੀ ਸਮ ਪੀਪਲ ਹੈਵ ਬੀਨ ਰਿਫਿਊਜ਼ਡ ਪਰ ਇਹ ਜ਼ਰੂਰ ਹੈ ਕਿ ਜਿਹੜੇ ਸ਼ਾਇਦ ਬਾਕੀ ਲੋਅਰ ਕਰਦੇ ਹੋਣਗੇ ਵਿਚ ਆਈ ਡੋਂਟ ਨੋ ਮੇ ਬੀ ਨੋਟ ਆਲ ਐਵਰੀਬਡੀ ਪਰ ਅਗਰ ਜੇ ਰਿਫਿਊਜ਼ ਹੁੰਦਾ ਹੈ ਦੈਨ ਵੀ continue to work on it multiple times that means kagar ek baar refuse hoega then I'll go second time then I go third time then I go fourth time five times as many times as is needed we will continue to keep on applying if they are still eligible kai baar hunda hai ki bhai wife ki study khatam ho gayi
So, khatam ho gayi study, that means ke now she has to go into postgraduate work permit and then we have to change the category and then apply again. But for sure that we do not leave any client in limbo. जब तक उधर काम नहीं होता, that is one thing for sure. दूसरी एक चीज बड़ी important है, normally, typically, look, this is a business. And I'm not ashamed to say के look, we have to charge some money to for this process to get started. पर मेरी philosophy सर वही है के I don't take all cases. I take cases by deciding if it is absolutely needed for me to apply for you. So typically, I will charge a consultation fees. I will tell the client what is needed, what documents, ki karna, kis tarah karna, what are the pitfalls, what are the pros and cons. Idhe vich a kami hai, idhe vich a plus hai, minus hai, jis tarah tuhade case si. So udhe baad agar, you know, I give them complete freedom. Main unhon nu kehnda ki tusi agar apply karna hai, you can apply on your own. You really don't have to come to me. Agar je main lalach karke agar sare to agar paise kamaan da agar mera purpose hunda te main sare nu tuhanu kehnda ki nahi tusi mainu deo, you know, give the file to me. I mean, I will apply for you, but I never. This is not a policy. I never say that mere to logao file. Apni file apne aap logani lagwa lo. Provided you understand what documents are needed and then you can do it on your own. But agar jinhone lagwani hai file, then of course, you know, we are there. But I try to be very selective in what files we choose. And I always look at the client's psychology. Matlab ki jara applicant hai, odi psychology ki hai. Is he completely trustful? Sometimes lokan da ye hunda ki nahi ji, ਤੁਸੀਂ ਜੀ ਪੈਸੇ ਦੱਸੋ, ਪੈਸੇ ਕਿੰਨੇ ਜੀ, ਕਿੰਨੇ ਤੁਸੀਂ ਵੀਜ਼ਾ ਲੈ ਕੇ ਦਿਓ. ਆਈ ਮੀਨ ਵਾਟ ਆਈ ਐਮ ਲੁਕਿੰਗ ਐਟ ਇਜ਼ ਦੇ ਆਰ ਨੋਟ ਲੁਕਿੰਗ ਟੂ ਫੋਲੋ ਮਾਈ ਇੰਸਟਰਕਸ਼ਨਸ. ਪਰ ਉਹਨਾਂ ਨੂੰ ਇਹ ਕਿ ਵੀ ਸਾਨੂੰ ਵੀਜ਼ਾ ਮਿਲ ਜਾਏ ਬਜਾਏ ਕੁਛ ਕਰ ਬਜਾਏ ਕੁਛ ਕੀਤੇ ਹੋਏ ਵੀਜ਼ਾ ਮਿਲਦਾ ਹੈ. ਇਫ ਆਈ ਐਮ ਟੈਲਿੰਗ ਯੂ ਫੋਰ ਐਗਜ਼ਾਮਪਲ, ਇਫ ਆਈ ਐਮ ਟੈਲਿੰਗ ਯੂ ਆਈ ਨੀਡ ਯੋਰ 6 months ਆਫ ਬੈਂਕ ਸਟੇਟਮੈਂਟ ਵਿਦ ਅ ਮਿਨੀਮਮ ਸਟੇਬਲ ਬੈਂਕ ਹਿਸਟਰੀ ਆਫ ਦਿਸ ਮੰਚ ਅਮਾਊਂਟ, ਆਈ ਨੀਡ ਯੂ ਟੂ ਵਰਕ ਔਨ ਦਿਸ ਐਂਡ ਕਮ ਬੈਕ ਟੂ ਮੀ ਆਫਟਰ 6 months ਵੈਨ ਯੂ ਹੈਵ ਅ ਸਟੇਟਮੈਂਟ. ਦਿਸ ਇਜ਼ ਵਨ ਐਗਜ਼ਾਮਪਲ. So if the client is willing to follow the instructions, then I'm willing to help them. But if the client says, "Nahi ji, mainu ye karne di lod nahi, tusi ji apne aap kar lena," I say, "Sorry, I'm not, you know, I'm not the right lawyer for you." So that's what it is. But anyway, hey, look, you know, I'm glad about when somebody is successful. Theek hai, paise the har ek banda kama raha hai. ਲੇਕਿਨ ਜਿਹੜੀ ਖੁਸ਼ੀ ਅੱਜ ਵਾਈਫ ਦੇ ਚਿਹਰੇ 'ਤੇ ਹੈ, ਜਾਂ ਜਿਹੜੇ ਹਸਬੈਂਡ ਅਤੇ ਹਸ ਤੁਹਾਡੇ ਉਹ ਆਪਣੇ ਤੁਸੀਂ ਪੇਰੈਂਟਸ ਨੂੰ ਪੁੱਛ ਲਓ, ਜਿਹੜੇ ਤੁਹਾਡੇ ਮਦਰ ਫਾਦਰ ਬੈਠੇ, ਜਿਹੜੇ ਉਡੀਕ ਕਰਦੇ ਹਾਂ ਕਿ ਮੇਰਾ ਬੇਟਾ ਕਦੋਂ ਜਾਏਗਾ, ਕਦੋਂ ਹੋਏਗੀ ਸੈਟਲਮੈਂਟ ਹੋਏਗੀ, ਪਰ ਉਹਨਾਂ ਨੂੰ ਅੱਜ ਕਿੰਨੀ ਖੁਸ਼ੀ ਹੋ ਰਹੀ ਹੋਗੀ, ਉਹਨਾਂ ਨੂੰ ਉਹਨਾਂ ਦੇ ਦਿਲ 'ਚ ਕਿਹੜੇ ਕਿਹੜੇ ਖਿਆਲ ਆ ਰਹੇ ਹੋਣਗੇ. ਦਿਸ ਇਜ਼ ਬਿਓਂਡ ਮਾਈ ਈਵਨ ਇਮੈਜੀਨੇਸ਼ਨ ਕਿ ਕਿਸ ਤਰ੍ਹਾਂ ਉਹ ਫੀਲ ਕਰ ਰਹੇ ਹੋਣਗੇ. ਆਈ ਮੀਨ ਫੋਰ ਜਸਟ ਮੇਬੀ ਯੂ ਨੋ ਲਾਈਕ 2 lakh rupees or 2.5 lakh rupees or 3 lakh rupees or 4 lakh rupees. I mean, it is a part of the game. ਕਈ ਵਾਰ ਮੈਨੂੰ ਇਹ ਵੀ ਲੋਕ ਪੁੱਛਦੇ ਆ ਕਿ ਵੀ ਭਾਅ ਜੀ ਤੁਸੀਂ ਬਹੁਤ ਜ਼ਿਆਦਾ ਪੈਸੇ ਚਾਰਜ ਕਰਦੇ ਹੋ. ਕਈ ਲੋਕ ਜਿੱਥੇ ਦਿੱਲੀ ਬੈਠੇ ਆ, ਪੰਜਾਬ ਬੈਠੇ ਆ, ਉਹ ਜੇ 1 lakh rupees 'ਚ ਫਾਈਲ ਲਾਈ ਜਾ ਰਹੇ ਹਾਂ, ਤੁਸੀਂ ਉਹਨਾਂ ਤੋਂ ਕਿਉਂ ਨਹੀਂ? ਮੈਂ ਕਹਿੰਦਾ ਲਗਵਾ ਲਓ ਫਿਰ, ਕੋਈ ਚੱਕਰ ਨਹੀਂ. ਪਰ ਤੁਸੀਂ ਮੇਰੇ ਥਰੂ ਤੋਂ ਇਹ ਨੈਗੋਸੀਏਸ਼ਨ ਕਰ ਲੈਂਦੇ ਹੋ ਕਿ ਤੁਸੀਂ ਫੀਸ ਘਟਾ ਦਿਓ. ਜਦ ਤੁਸੀਂ ਏਅਰ ਇੰਡੀਆ ਦੀ ਫਲਾਈਟ ਲਓਗੇ, ਏਅਰ ਕੈਨੇਡਾ ਦੀ ਫਲਾਈਟ ਲਓਗੇ, ਉਹਨਾਂ ਤੋਂ ਕਿਸ ਤਰ੍ਹਾਂ ਨੈਗੋਸੀਏਸ਼ਨ ਕਰੋਗੇ? ਹਵਾਈ ਜਹਾਜ਼ ਵਾਲੇ ਤਾਂ ਆਪਣੀ ਫੇਅਰਸ ਨਹੀਂ ਕਟਾ ਰਹੇ, ਜਾਂ ਇੰਬੈਸੀ ਕਹਿ ਰਹੀ ਕਿ ਇੰਬੈਸੀ ਜੀ ਅਸੀਂ $255 ਜੀ ਅਸੀਂ $100 ਕਰ ਦਈਏ. ਦੇ ਆਰ ਨੋਟ ਡੂਇੰਗ ਇਟ. ਸੋ ਜੋ ਪ੍ਰੋਸੈਸ, ਜਿਹੜੇ ਪ੍ਰੋਸੈਸ ਦੇ ਤੁਸੀਂ ਗੁਜ਼ਰ ਕੇ ਜਾ ਕੇ ਵੀਜ਼ਾ ਲੈਣ ਦੀ ਮਤਲਬ ਕਰ ਰਹੇ ਹੋ ਪ੍ਰੋਸੈਸ ਸਾਰਾ, ਉਹ ਤੋਂ ਤੁਹਾਨੂੰ ਲੱਗ ਰਿਹਾ ਕਿ ਫੀਸ ਜ਼ਿਆਦਾ ਹੈ. ਸੋ ਇਹ ਜਸਟ ਲਾਈਕ ਸਸਤਾ ਰਹੋ ਬਾਰ ਬਾਰ, ਮਹਿੰਗਾ ਰਹੋ ਇੱਕ ਵਾਰ. ਦੈਟਸ ਹਾਊ ਇਟ ਇਜ਼. ਆਈ ਹੈਵ ਟੂ ਸੇ, ਬਟ ਹੇ, ਆਈ ਐਮ ਨਾਟ ਵੈਰੀ ਡੈਸਪਰੇਟ ਫੋਰ ਬਿਜ਼ਨਸ. ਇਫ ਆਈ ਗੈਟ ਬਿਜ਼ਨਸ, ਦੈਟਸ ਫਾਈਨ. If I do one case like yours per year, I'm okay. I don't need one case every day. I need only one case every year like yours, where the person has been refused 2 times, 3 times, 4 times. I had some cases in the past where the person was refused 6 times. 6 times, 2 mere ka 3-4 baar Canada, 2 baar America, 1 baar Australia, fulana, matlab ke total 6 times refusal in all the major countries, Canada, Australia, America or something. Is tarah de case jab mere kol aunde na, so that is the case I like to fight about this case. I like to do some research. I like to read some case laws, and once their job is done, you know, that satisfaction is beyond even any measure. I mean, I cannot tell you how I, you know, it just makes my day, it makes my life. Mainu kai baar lagda hai ki mera jo purpose hai, profession hai, mera janam hi sarthak ho gaya is tarah de case karne nal ke bhi theek hai. Baki hun parmatma koi case ag paave in future de na de, par is case nal mero I'm good to go, I'm done. So that's what it is. Thank you, sir.
Anyway, hey, thank you very much. Enjoy your day. Have a good time in Canada. Ruti pani kha ke so ke aaram karke ja ke take a walk outside in Timmins and check it out what the Canadian life is all about. Yes. Thank you so much. Thank you so much, sir. Sat Shri Akal. Bye. Sat Shri Akal.